ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਾਡਾ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ। ਲੋ ਬਾਈ ਪਹੁੰਚ ਗਏ ਮੋਟਰ ਤੇ, ਅੱਜ ਫੇਰ ਮਸ਼ੀਨ ਲੱਗਣੀ ਆ ਤੇ ਆਪਾਂ ਵਲੌਗ ਜਿਵੇਂ ਪਹਿਲਾਂ ਬਣਾਇਆ ਥੋੜੀ ਫਰਮਾਇਸ਼ ਤੇ ਵੀ ਬਣਾਉਣਾ ਹੀ ਬਣਾਉਣਾ ਜਦੋਂ ਮਸ਼ੀਨ ਲੱਗਣੀ ਆ। ਸੋ ਅੱਜ ਫੇਰ ਬਣਾਵਾਂਗੇ ਵਲੌਗ ਆਪਾਂ ਤੇ ਹੁਣ ਦੇਖੋ ਕੱਡਾ ਟਰਾਲਾ ਕੱਡਾ ਟੈਲੀਵਿਜ਼ਨ ਤੇ ਚਲੋ ਦੇਖਿਓ ਫਿਰ ਵਲੌਗ ਕੀ ਬਣਦਾ ਕੀ ਨਹੀਂ। ਹੰਸਾਂ ਦੀ ਜੋੜੀ ਮੇਰੇ ਵੀਰੋ ਫਿਰ ਰਹੀ ਹੈ। ਹਾਂਜੀ ਦੱਸੋ, ਪਿਛਲੇ ਬਲੌਗ ਚ ਤਾਂ ਤੂੰ ਐਂ ਕਰੀ, ਪਿਛਲੇ ਬਲੌਗ ਦੇ ਕਮੈਂਟ ਪੜੀ, ਲਵਲੀ ਬਾਈ ਜਿੰਦਾਬਾਦ ਹੋਈ ਪਈ ਆ ਬਸ ਉਹਦੇ ਚ ਤਾਂ। ਉਹਨਾਂ ਦਾ ਥੈਂਕ ਯੂ ਕਰ ਸਾਰਿਆਂ ਦਾ ਫਿਰ। ਸਾਰਿਆਂ ਦਾ ਥੈਂਕ ਯੂ, ਕਿਆ ਹਾਲ ਆ ਬਾਈ ਜੀ। ਦੂਏ ਗਿਲਾ ਜੀਰੀ ਵਡਾਉਣ ਲੱਗਿਆ, ਸਾਰੀ ਉਹ ਚੱਕ ਦੇਣੀ ਆ। ਅੱਛਾ 29 ਟੀਕੀ ਲਿਆ, ਸਾਰੀ ਉਹ ਵੜ ਦੇਣੀ ਆ। ਇੱਕ ਹੋਰ ਮਸ਼ੀਨ ਆ ਰਿਹਾ 11-12 ਵਜੇ ਤੱਕ ਆ ਜਾਣਾ, ਇੱਕ ਹੋਰ ਮਸ਼ੀਨ ਆ ਜਾਣੀ 11 ਵਜੇ ਤੱਕ ਬਸ। ਬਾਕੀ ਉਹ ਦੇਖ ਲਓ ਕਿੰਨੇ ਟਿਲਾਰੀਆਂ ਦੇ ਲਾਈਨ ਲਾਏ ਹੋਏ ਆ। ਹਾਂ ਅੱਜ 12 ਟਰਾਲੀਆਂ ਭਰਨੀਆਂ ਨੇ, ਰੱਬ ਵੱਧ ਹੋਊਗਾ ਯਾਰ। ਹਾਂ ਤੇ ਉਹ ਦੱਸ ਦੇ ਫਿਰ ਬੀਜ ਕਿਹੜਾ ਸਾਰਾ ਕਲੀਅਰ ਕਰ ਦੇ। ਇਹ ਉਹਦੇ ਹੈਗਾ ਬਾਈ ਜੀ 21। ਹਾਂਜੀ ਹਾਂ ਉਹ ਪਹਿਲੇ ਵੱਡੇ ਆ, ਪੂਸਾ 28-26। ਹਾਂਜੀ ਆ ਸਾਰੀ ਉਹ 21 ਵੱਢਣੀ ਆ ਅੱਜ। ਅੱਜ 28-28-29 ਕਿੱਲੇ ਹੈਗਾ, ਸਾਰੀ ਉਹ 21 ਦਾ ਹੈ। ਉਹ ਕਹਿੰਦੇ ਵੀ ਇੱਕ ਨਾ ਝਾੜ ਵਾਲੀ ਵੀਡੀਓ ਬਣਾਓ, ਝਾੜ ਦੱਸੋ ਸਾਰਾ। ਉਹ ਆਪਾਂ ਇਕੱਲੇ ਦਾ ਵੀਡੀਓ ਬਣਾ ਦਾਂਗੇ ਝਾੜ ਵਾਲੀ, ਵੀ ਕਿਹੜਾ ਬੀਜ ਦਾ ਕਿੰਨਾ ਝਾੜ ਆ। ਠੀਕ ਹੈ ਜੀ, ਆਪਾਂ ਵਧੀਆ ਵੀਡੀਓ, ਇੱਕ ਪ੍ਰੋਫੈਸ਼ਨਲ ਵੀਡੀਓ ਬਣਾ ਦਾਂਗੇ ਆਪਾਂ ਵੀ ਕਿਹੜੇ ਬੀਜ ਕਾ ਕਿੰਨਾ ਝਾੜ। ਚਲੋ ਭਾਈ ਕਰੋ ਕੰਮ, ਵਲੌਗਾਂ ਵਾਲਾ ਕੰਮ ਵੀ ਚੱਲੀ ਜਾਣਾ ਯਾਰ। ਵਲੌਗ ਨਾ ਆਪਣੇ ਜਿਹੜਾ ਦੁਸ਼ਹਿਰੇ ਵਾਲਾ ਵਲੌਗ ਆ ਹਜੇ ਮੈਂ ਪਾਉਣਾ, ਅਪਲੋਡ ਹੋਇਆ ਪਿਆ, ਸਭ ਕੁਛ ਹੋਇਆ ਪਿਆ, ਹਜੇ ਮੈਂ ਖੋਲ੍ਹਣਾ। ਹੋ ਮੈਂ ਦੇਖਦਾ ਵੀ ਸ਼ਾਮ ਜੀ ਨੂੰ ਖੋਲੂੰਗਾ 4-5 ਵਜੇ ਤੇ ਯਾਰ ਬਣਾ ਲੈਂਦੇ ਹਾਂ। ਫਿਰ ਐਡੀਟਿੰਗ ਦਾ ਟਾਈਮ ਨਹੀਂ ਲੱਗਦਾ, ਫਿਰ ਅਪਲੋਡ ਕਰਨਾ। ਚੱਲ ਅਪਲੋਡ ਤਾਂ ਵਾਈਫਾਈ ਪਰ ਫਿਰ ਹੋ ਜਾਂਦਾ, ਰਾਤ ਨੂੰ ਕਰੀਦਾ ਹੁੰਦਾ, ਘੰਟਾ ਲੱਗ ਜਾਂਦਾ ਫਿਰ ਵੀ ਅਪਲੋਡ ਕਰਨ ਨੂੰ। 2.5 GB ਦੇ ਹੋ ਜਾਂਦੇ ਨੇ ਵਲੌਗ ਤੇ ਬਸ ਇੰਨਾ ਹੈ ਨਹੀਂ, ਬਣਾਈ ਜਾਂਦੇ ਆ, ਟਾਈਮ ਘੱਟ ਹੁੰਦਾ ਹੁਕਮਾਂ ਕਾਰਾਂ ਦੇ ਵਿੱਚ, ਕਦੇ ਮੰਡੀ ਚੱਲ ਗਏ। ਹੁਣ 3 ਦਿਨ ਬਾਅਦ ਵਲੌਗ ਆ ਰਿਹਾ ਲੇਟ, ਦੁਸ਼ਹਿਰੇ ਵਾਲਾ ਦੇਖ ਲਓ, 4 ਦਿਨ ਬਾਅਦ ਦੁਸ਼ਹਿਰੇ ਤੋਂ ਇਹੋ ਜਿਹਾ ਕੰਮ ਹੋ ਜਾਂਦਾ, ਹੋਰ ਕੋਈ ਚੱਕਰ ਨਹੀਂ। ਨਾ ਲਵਲੀ ਰੋਟੀ ਮੰਗਦਾ, ਦੇ ਦੇਂਗੇ ਰੋਟੀ ਤੈਨੂੰ, ਵਧੀਆ ਸੱਕੜ ਖਿਲਾਏਂਗੇ, ਦਹੀਂ ਖਿਲਾਏਂਗੇ, ਭਟੂਰੇ ਹੁੱਲੇ ਹਨ ਯਾਰ, ਮੇਛੀ ਵਾਲੇ ਰੋਟੀ ਖਿਲਾਏਂਗੇ, ਮੇਛੀ ਵਾਲੇ। ਹਾਂ ਜਿਹੜੇ ਮੇਥੇ ਉੱਤੇ ਮਿਕਸ ਹੁੰਦੇ ਆ ਉਹ ਰੋਟੀ ਖਿਲਾਏਂਗੇ। ਤੂੰ ਘਬਰਾਉਣਾ ਕਿਉਂ ਆ ਯਾਰ, ਭੁੱਖ ਲੱਗੇ ਪੀਆ ਲਿਆਓ ਫਿਰ। ਹਜੇ ਹਜੇ ਟਾਈਮ ਆਊਗਾ, ਤਾਂ ਹੀ 2 ਵਜੇ ਹੋਣਾ, 2 ਘੰਟੇ ਪਏ। 2 ਵਜੇ ਨਹੀਂ ਗਿਆ ਸਰਦਾਰ, ਆਉਂਦੇ ਸਾਰੀ ਲਿਆਊਗਾ ਰੋਟੀ, ਘਬਰਾ ਨਾ ਤੂੰ। ਹਾਂ ਦੱਸ ਦੇ ਇਹਨੂੰ, ਰੋਟੀ ਤੇ ਪਹਿਲੀ ਆ ਜਾਂਦਾ ਟਾਈਮ ਤੇ ਪਹਿਲੇ, ਰੋਟੀ ਤਾਂ ਆਪਣੇ ਟਾਈਮ ਤੋਂ ਪਹਿਲਾਂ ਹੀ ਪਹੁੰਚ ਜਾਂਦੀ ਆ। ਲੋ ਬਾਈ ਲਵਲੀ ਕਹਿੰਦਾ ਮੈਂ ਜ਼ੋਨਾ ਲਿਖਾ ਨਵਾਂ ਚਲਾ ਕੇ ਦੇਖਣਾ, ਸ਼ਟਲ ਗੇਅਰ। ਲੋ ਰਾਤ ਡੈਕ ਲਾਇਆ ਆਪਾਂ ਪਿਛਲੇ ਵਲੌਗ ਤੁਸੀਂ ਦੇਖਿਆ ਹੋਣਾ। ਚੱਲ ਉਹ ਛੋਟਾ ਲਾ ਗੇਅਰ, ਲੋ ਲਾ, ਮੀਡੀਅਮ ਲਾ, ਮੀਡੀਅਮ ਖੜ ਜਾ। ਹਾਂ ਚੱਲ ਹੁਣ ਚੱਲੂਗਾ ਰੇਸ ਦੇ, ਐਡਾ ਤਕੜਾ ਟਰੈਕਟਰ ਆ ਯਾਰ। ਬਾਈ ਆਉਂਦਾ ਪਿੱਛੇ ਤੇ ਲਵਲੀ ਬਾਈ ਨੇ ਹੋਰੇ ਬੁੱਟੇ ਕੰਮ ਕਰਤੇ ਤੇ ਜਾਣਾ ਵਾ ਉਧਰ ਨੂੰ ਮੋੜ ਲੈ ਨੂੰ। ਬਾਈ ਬਹੁਤ ਜਾਨ ਆ ਟਰੈਕਟਰ ਚ। ਚੱਲ 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 ਇੱਧਰ ਆ, ਡੁੱਲ ਗਈ। ਲਵਲੀਓ ਖੁੰਜਾ ਭਰਾਵਾ ਖੁੰਜਾ, ਸਹੀ ਆ ਰਹਿਣ ਦੇ, ਫਿਰ ਡੁੱਲਦੀ ਜਾਂਦੀ ਆ ਯਾਰ। ਉਹ ਟਰਾਲੀ ਤਿਆਰ ਕਰਦੇ ਲਵਲੀ, ਨਾ ਰਹਿਣ ਦੇ ਯਾਰ, ਫਿਰ ਡੁੱਲਦੀ ਆ, ਕਿਆ ਫਾਇਦਾ।
ਡੁੱਲਦੀ ਆ ਫਿਰ ਨੁਕਸਾਨ ਹੁੰਦਾ ਆ। ਗਈ ਟਰਾਲੀ ਇੱਕ ਹੋਰ ਘਰ ਨੂੰ ਪਾ ਦੋ ਮੁੰਡਿਓ ਠੰਡੇ ਬੰਦੇ ਥੱਕੇ ਹੋਏ ਨੇ ਸਵੇਰ ਦੇ ਅੱਜ ਕਣਕੀ ਝੋਨਾ ਵੱਢ ਵੱਢ ਕੇ ਲਹਾਵੇ ਚ ਪਾ ਦੇ ਲੋ ਬਾਈ ਮਸ਼ੀਨ ਜਾਂਦੀ ਆ ਚੱਲੀ ਤੇ ਆਪਾਂ ਉਹਨਾਂ ਵਾਸਤੇ ਠੰਡਾ ਬੱਤਾ ਲੈਣ ਆ ਗਏ ਸੀਗੇ ਦੁਕਾਨ ਤੇ ਸੋਣਾ ਆਪਾਂ ਚੱਲਿਆ ਮੋਟਰ ਤੇ बिलकुल बिलकुल देखना चाहिए तजर्बा करके उधर फोरमैन भी आ गया फोरमैन जोगी रख दो बस ਜੀ ਉਹ ਠੰਡਾ ਉਹ ਗਰਮ ਹੋ ਗਿਆ ਹੁਣ ਮੈਨੂੰ ਲੱਗਦਾ ਉਹ ਆ ਜਾ ਓਏ ਤੂੰ ਵੀ ਆ ਜਾ ਉਹ ਆ ਜਾ ਅਪਾਰਟਮੈਂਟ ਜਾਣਾ ਹੁਣ ਉਹ ਲੈ ਲਾ ਪਹਿਲੀ ਪੀ ਜਾਂਦਾ ਉਹ ਸਾ ਉਹ ਆ ਕੇ ਕਰੀ ਜੰਨਾ ਮਿਕਸ ਨਾ ਕਰ ਉਹ ਨਾ ਉਹਦਾ ਟੇਸਟ ਆਉਣਾ ਨਾ ਉਹਦਾ ਆਉਣਾ ਉਹ ਕੱਲਾ ਕੱਲਾ ਤਾਂ ਸਾਫ ਹੀ ਨਾ ਹੁੰਦਾ ਅਸੀਂ ਬੰਦੇ ਥੋੜਾ ਹਟ ਕੇ ਆ ਦੁਆ ਦਾ ਹੁਣ ਲੈ ਜਾ ਹੀ ਹੋਗਾ ਹੋਰ ਕਰਨ ਦਾ ਟੇਸਟ ਨਵਾਂ ਹੀ ਨਵਾਂ ਬਣ ਗਿਆ ਹੈ ਹਲੇ ਇੱਕ ਹੋਰ ਸੋਨਾ ਲਿਖ ਆ ਗਿਆ ਨਵਾਂ ਔਰੇ ਰੋਡ ਤੇ ਜਾਂਦਾ ਚੱਲਿਆ ਚੱਕ लामा ट्राली हेलो बस बस करो कमैन चो कट दे उधरों आप ले जाएंगे बस ले जाओ ट्रैक्टर परे ले जाओ एक मिनट समान चक लो जो भी थले कढ़िया था ले भाई लवली आ गया पता नहीं कहां दो घंटे बाद आया कहां जाके आया सही दस रहे हैं डंगरा ते थान फड़ना तार चुके हैं हूं तू तार चुके हैं पट्ठे पा के आया पट्ठे बंद के आया हूं तेरी दाती किथे गई दाती किराए टूर थले तो नहीं आ गई कितने दाती तेरी किथे गई ओ यार साधार करना ली मिल गई भाई दाती शुक्र हूं लागा बढ़ूंगा लागा बोल रामना माड़ा जा लाइट दिखा दे बढ़ लिए ਕੈਮਰਾ
ਕਣਕ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੋ ਅੱਜ ਬੀਜਾਂਗੇ ਕਣਕ ਉਹੀ ਵਲੌਗ ਦੇ ਵਿੱਚ ਐਡ ਕਰਾਂਗੇ ਆਪਾਂ ਤੇ ਅੱਜ ਆਪਾਂ ਆਵਾਂਗੇ ਸੁਪਰ ਸੀਡਰ ਐਗਰੀ ਜ਼ੋਨ ਦਾ ਮੇਰੇ ਵੀਰ ਸੁਪਰ ਸੀਡਰ ਪਾਵਾਂਗੇ ਲੋ ਬਾਈ ਅੱਜ ਕਿਆ ਨਾਂ ਤੇਰਾ ਮੈਂ ਨਾਂ ਭੁੱਲ ਜਾਂਦਾ ਹਰਸ਼ ਲੋ ਬਾਈ ਅੱਜ ਹਰਸ਼ ਉਹਨਾਂ ਦੀ ਮੋਟਰ ਪਰ ਆਏ ਵੇ ਆ ਤੇ ਮੁੰਡਾ ਬਾਈ ਪੂਰਾ ਅਰਜਨ ਟਰੈਕਟਰ ਚਲਾਉਂਦਾ ਤੇ ਇਹਨਾਂ ਦੇ ਲੱਗੀ ਵੀ ਆ ਕੰਬਾਈਨ ਅੱਜ ਤੇ ਵੱਢ ਰਹੇ ਨੇ ਜੀਰੀ ਗੁਰਪ੍ਰੀਤ ਸਿੰਘ ਇਹ ਦੇਖੋ ਜੀ 128 ਦਾ ਲਾਣ ਆ ਜੀ ਜੀਰੀ ਦਾ ਅੱਜ ਵਢਾਈ ਹੋ ਰਹੀ ਆ ਜੀ ਇਹਦੇ ਵਿੱਚ ਸਾਡੀ ਜ਼ਿਮੀਦਾਰਾ ਪੈਸਟੀਸਾਈਡ ਐਂਡ ਇਹਨਾਂ ਦੀ ਜੀ ਆਪਣੀ ਸ਼ੋਪ ਆ ਜ਼ਿਮੀਦਾਰਾ ਪੈਸਟੀਸਾਈਡ ਕੱਲ ਨੂੰ ਇਹਦੇ ਉੱਪਰ ਜੀ ਬੂਮ ਵਾਲੀ ਮਸ਼ੀਨ ਨਾਲ ਅਸੀਂ ਇੱਕ ਸਪਰੇਅ ਕਰਾਂਗੇ ਟ੍ਰਾਇਲ ਚੱਲ ਰਹੇ ਨੇ ਜੀ ਯੂਪੀਐਲ ਦੀ ਦਵਾਈ ਆ ਜੀ ਉਸ ਦੇ ਨਾਲ ਟ੍ਰਾਇਲ ਨਾਲ 7 ਤੇ 8 ਦਿਨ ਦੇ ਵਿੱਚ ਇਹ ਸਾਰੇ ਖਰਚੇ ਖਤਮ ਹੋ ਜਾਣਗੇ ਤੇ ਚਾਹੇ ਤੁਸੀਂ ਹਲਾਂ ਨਾਲ ਬਾਹ ਲਿਓ ਚਾਹੇ ਰੂਟਾਵੀਟਰ ਨਾਲ ਕੋਈ ਤੁਹਾਨੂੰ ਅੱਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਕੋਈ ਵਾਤਾਵਰਨ ਆਪਾਂ ਆਉਣ ਵਾਲੀ ਵੀਡੀਓ 'ਚ ਦਿਖਾਵਾਂਗੇ ਉਹ ਕੱਲ ਨੂੰ ਤੁਹਾਨੂੰ ਜਦੋਂ ਅਸੀਂ ਇੱਥੇ ਸਪਰੇਅ ਕਰਾਂਗੇ ਤਾਂ ਤੁਹਾਨੂੰ ਦਿਖਾਵਾਂਗੇ ਤੇ ਫਿਰ ਉਹ ਤੋਂ ਬਾਅਦ ਜਦੋਂ ਅਗਲੇ 7 ਦਿਨਾਂ ਬਾਅਦ ਇਹਦੇ 'ਚ ਖਤਮ ਹੋ ਜਾਏਗਾ ਅਸੀਂ ਤੁਹਾਨੂੰ ਫਿਰ ਟ੍ਰਾਇਲ ਦਿਖਾਵਾਂਗੇ ਵੀ ਜਦੋਂ ਅਸੀਂ ਲਾਣ ਤਾਂ ਬਹੁਤ ਜ਼ਿਆਦਾ ਆਹੀ ਖੇਤਾਂ 'ਚ ਆਹੀ ਖੇਤ ਦੇ ਵਿੱਚ ਦਿਖਾਵਾਂਗੇ ਯਾਰ 128 ਦਾ ਲਾਣ ਆ ਇਹ ਨਵੇਂ ਟਰੈਕਟਰ ਨੇ ਜੀ ਇਹ ਹੈਗੇ ਨੇ ਅਰਜਨ ਦੇ ਫੈਨ ਜੀ ਇਹਨਾਂ ਕੋਲ ਅਰਜਨੇ ਨੇ ਸਾਰੇ ਉਹ ਤਾਂ ਮੈਸੀ ਆ ਮੇਰੇ ਵਾਲਾ ਆਹੋ ਖੜਾ ਇੱਕ ਜੀ ਇਹ ਬਾਈ ਦਾ ਝੋਟਾ ਹੈ ਫੋੜ ਹੁਣ ਇਹ ਰਹਿ ਗਿਆ ਜੀ ਇਹਦਾ ਵੀ ਕੱਢ ਦੋ ਕੰਡਾ ਮੈਂ ਕਿਹਾ ਤੁਸੀਂ ਉਹੀ ਲਿਆਓ 755 ਨਾ ਵਧੀਆ ਬਾਈ ਟਰੈਕਟਰ ਕਿਆ ਹੋ ਗਿਆ ਸਲੰਸਰ ਨੂੰ ਹੱਥ ਲੱਗ ਗਿਆ ਸਲੰਸਰ ਗਰਮ ਹੈ ਮੈਂ ਕਿਹਾ ਪਤਾ ਨਹੀਂ ਕਿਆ ਹੋ ਗਿਆ ਡੈਕ ਡੁੱਕ ਚੱਲਦਾ ਫਿਰ ਇਹਦਾ ਪੂਰਾ ਓਕੇ ਰਿਪੋਰਟ ਮੈਂ ਕਿਆ ਝੂਠ ਬੋਲਣਾ ਮੈਨੂੰ ਫੋਨ ਆਇਆ ਕਹਿੰਦੇ ਵੀ ਹਰਸ਼ ਦਾ ਟਰੈਕਟਰ ਫਸ ਗਿਆ ਨੋਵੋ ਵੀ ਤੂੰ ਮੈਸੀ ਲੈ ਕੇ ਆ ਜਾ ਉਹ ਰੇਮਾ ਜਰੀ ਮੈਸੀ ਟਰੈਕਟਰ ਉਹ ਖੜਾ ਮੇਰਾ ਟਰੈਕਟਰ ਹਾਂ ਹੂੰ ਖੜਾ ਤੇ ਹੁਣ ਮੈਸੀ ਟਰੈਕਟਰ ਪਿੱਛੇ ਉਹਨਾਂ ਨੇ ਸਪੈਸ਼ਲ ਕਿਹਾ ਕਹਿੰਦੇ ਹਰਸ਼ ਨੇ ਵਸਾਇਆ ਬਸ ਹਾਂ 13 ਨੂੰ ਲਾ ਰਹੇ ਨੇ ਸਾਰੇ ਜਣੇ ਕਹਿੰਦੇ ਵੀ ਸਲਿੱਪ ਕਢਾਤੇ ਉੱਤੇ ਉਹ ਤਾਂ ਵੀ ਚੱਲ ਗਿੱਲਾ ਥਾਂ ਤਾਂ ਉਹ ਤਾਂ ਬਹਿਣਾ ਹੀ ਤਾਂ ਫਿਰ ਟਰੈਕਟਰ ਸਾਰੇ ਕਹਿ ਰਹੇ ਵੀ 13 ਨੂੰ ਲਾ ਰਹੇ ਆ ਉਹ ਤਾਂ ਚੱਲ ਟਰੈਕਟਰ 'ਚ ਜਾਣਤੀ ਆਪੇ ਨਿਕਲ ਗਿਆ ਹੁਣ ਸਰ ਗਿਆ ਪਰ 13 ਲੱਗ ਗਿਆ ਬਾਈ ਵਿੱਚ ਉਹ ਯਾਰ ਝੂਠ ਕੀ ਬੋਲਣਾ ਮੈਨੂੰ ਫੋਨ ਆਇਆ ਮੈਂ ਤਾਂ ਹੀ ਟਰੈਕਟਰ ਲੈ ਕੇ ਆਇਆ ਨਹੀਂ ਮੈਂ ਮੋਟਰਸਾਈਕਲ ਤੇ ਵੀ ਜਾ ਸਕਦਾ ਸੀ ਹਾਂ ਸ਼ਾਇਦ ਤੁਸੀਂ ਉਸ ਲਈ ਆਏ ਹੋ ਟਰਾਲੀ ਘਰ ਛੱਡਣ ਲਈ ਹਾਂ ਮੁੰਡੇ ਦਾ ਬਲੌਗ ਪਾਤਾ ਪੂਰਾ ਬਾਈ ਮੁੰਡੇ ਨੇ ਟਰੈਕਟਰ ਫਸਾ ਲਿਆ ਨਾ ਇਹ ਤਾਂ ਹੁਣ ਟਰੈਕਟਰ 'ਚ ਜ਼ੋਰ ਤਾਂ ਆਪ ਨਿਕਲ ਗਿਆ ਹਾਂ ਮੈਂ ਕਿਹਾ ਤਾਂ ਟਰੈਕਟਰ ਲੈ ਕੇ ਆਇਆ ਮੈਂ ਫੁੱਲ ਹੋ ਗਈ ਬਣਾਤੀ ਵੀਡੀਓ ਆ ਰਿਹਾ ਉੱਧਰ ਆ ਹਾਏ ਹਾਏ ਪੱਤਰਕਾਰ ਸਾਰੇ ਪੱਤਰਕਾਰ ਪਹੁੰਚੇ ਹੋਏ ਅੰਦਰ ਨਹੀਂ ਬਾਈ ਨਹੀਂ ਬਾਈ ਖੁਸ਼ੀ ਤਾਂ ਹੁੰਦੀ ਹੈ ਨਾ ਫਿਰ ਜਦੋਂ ਬੰਦਾ ਪੜਦਾ ਨਾ ਫਸਲ ਫਿਰ ਖੁਸ਼ੀ ਤਾਂ ਹੁੰਦੀ ਹੈ ਠੀਕ ਨਹੀਂ ਬਾਈ ਹਾਂ ਜੀ ਬਿਲਕੁਲ ਜੀ ਬਿਲਕੁਲ ਵੱਟ ਟਪਾਉਣੀ ਹੈ ਟਰੈਕਟਰ ਚ ਕਿੰਨੀ ਕੁ ਜਾਨ ਆ ਮਾੜਾ ਦੱਸ ਦਿਓ ਉਹਦੇ ਬਾਰੇ ਵੀ ਨਹੀਂ ਹੁਣ ਇਹ ਤੇਰੇ ਹਿਸਾਬ ਨਾਲ ਵੀ ਖੜਾ ਹੋਊ ਜਾਂ ਨਹੀਂ ਹੋਊ ਪਾਲਟੀ ਕਿਨੇ ਕਰੀ ਮਾੜਾ ਨਾਂ ਲੈ ਦੇ ਨਾਲੇ ਕਹਿੰਦੇ ਗੋਲੂ ਬਾਈ ਨੇ ਕਰੀ ਆ ਹਾਂਜੀ ਬਾਈ
ਆਪਾਂ ਤਾਂ ਲੱਗੇ ਕਣਕ ਬੀਜਣ। ਇਹ ਹੁਣ ਦਿਖਾਊਂਗਾ ਅਗਲੇ ਵਲੌਗ ਦੇ ਵਿੱਚ। ਅਤੇ ਆਹ ਵਲੌਗ ਨੂੰ ਲਾਈਕ ਕਰ ਦਿਉ, ਕਮੈਂਟ ਕਰ ਦਿਉ ਅਤੇ ਸ਼ੇਅਰ ਜ਼ਰੂਰ ਕਰ ਦਿਓ। ਚਾਹੇ ਜਿਨ੍ਹਾਂ ਨੇ ਹਜੇ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਉਹ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਕਮੈਂਟਾਂ ਦੇ ਵਿੱਚ ਕਿਸਾਨ ਮਜ਼ਦੂਰ ਏਕਤਾ ਲਿਖਣਾ ਨਾ ਭੁੱਲਿਆ ਕਰੋ, ਠੀਕ ਆ ਬਾਈ। ਅਤੇ ਬਸ ਠੀਕ ਆ, ਅਗਲੇ ਵਲੌਗ ਲਈ ਰੇਡੀ ਰਹੋ। ਆਪਾਂ ਕਣਕ ਵਾਲਾ ਕਰਦੇ ਹਾਂ ਸ਼ੁਰੂ ਅਗਲੇ ਵਲੌਗ ਦੇ ਵਿੱਚ, ਠੀਕ ਆ ਜੀ।